ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸ਼ਾਮ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਲੜੀ ਬਾਰ ਗੱਲ ਕਰਦੇ ਹਾਂ ਪੰਜਾਬ ਅਤੇ ਦੁਨੀਆ ਦੀਆਂ ਤਾਜ਼ਾ ਵੱਡੀਆਂ ਖਬਰਾਂ ਦੀ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਅੱਜ ਦੀ ਪਹਿਲੀ ਵੱਡੀ ਖਬਰ ਬਿਜਲੀ ਖਰੀਦ ਦਾ ਸਮਝੌਤੇ ਰਾਦ ਕਰਨ ਦੀ ਤਿਆਰੀ ਮੁੱਖ ਮੰਤਰੀ ਨੇ ਦਿੱਤੀ ਪ੍ਰਵਾਨਗੀ ਜੀ ਹਾਂ ਦੋਸਤੋ ਚੋਣਾ ਨੇੜੇ ਵੇਖ ਹੌਣ ਪੰਜਾਬ ਸਰਕਾਰ ਨੇ ਸਿਆਸੀ ਨਫੇ ਅਤੇ ਨੁਕਸਾਨ ਬਾਰੇ ਸੂਚਨਾ ਸ਼ੁਰੂ ਕਰ ਦਿੱਤਾ ਅਤੇ ਪੰਜਾਬ ਸਰਕਾਰ ਨੇ ਹੁਣ ਬਿਜਲੀ ਖਰੀਦ ਸਮਝੌਤੇ ਰਾਦ ਕਰਨ ਦੀ ਤਿਆਰੀ ਕਰ ਲਈ ਅਤੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਬਿਜਲੀ ਖਰੀਦ ਸਮਝੌਤੇ ਰਾਦ ਕਰਨ ਦੇ ਲਈ ਲੈਗਤੀ ਪ੍ਰਬੰਧ ਕੀ ਦਿੱਤੇ ਅਤੇ ਉਹਨਾਂ ਨੇ ਪਾਵਰਕਾਮ ਨੂੰ ਇਹਨਾਂ ਸਮਝੌਤਿਆਂ ਬਾਰੇ ਕਾਨੂੰਨੀ ਪੱਖ ਮਜ਼ਬੂਤ ਕਰਨ ਦੀ ਸ਼ਿਕਾਇਤ ਕਰਦਿਆਂ ਪ੍ਰਾਈਵੇਟ ਤਾਪ ਬਿਜਲੀ ਘਰਾਂ ਨੂੰ ਨੋਟਿਸ ਦੇਣ ਦੇ ਲਈ ਆਖ ਦਿੱਤਾ ਹੈ ਅਗਲੀ ਖਬਰ ਆ ਰਹੀ ਹੈ ਜੀ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਦਰਜ ਹੋਏ ਕਰੋਨਾ ਦੇ 46759 ਨਵੇਂ ਕੇਸ 509 ਲੋਕਾਂ ਦੀ ਮੌਤ ਜੀहां ਦੋਸਤੋ ਦੇਖਦੇ ਵਿੱਚ ਹਜੇ ਵੀ ਬੱਡੀ ਗਿਣਤੀ ਵਿੱਚ ਮਾਰੂ ਕਰੋਨਾ ਵੈਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਤੇ ਪਿਛਲੇ 24 ਘੰਟਿਆਂ ਦੇ ਵਿੱਚ ਦੇਖਦੇ ਪਿਆਜ ਕਰੋਨਾ ਦੇ 46759 ਨਵੇਂ ਮਾਮਲੇ ਸਾਹਮਣੇ ਆਏ ਹਨ ਇਹਦੇ ਨਾਲ ਹੀ 509 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਅਗਲੀ ਖਬਰ ਆ ਰਹੀ ਹੈ ਜੀ ਪੰਜਾਬ ਦੇ ਬਾਗੀ ਮੰਤਰੀਆਂ ਤੇ ਵਿਧਾਇਕਾਂ ਨੂੰ ਤਗੜਾ ਝਟਕਾ ਸੋਨੀਆ ਗਾਂਧੀ ਨੇ ਦਿੱਤੀ ਨਸੀਅਤ ਜੀहां ਦੋਸਤੋ ਕੈਪਟਨ ਸਰਕਾਰ ਦਾ ਤਖਤਾ ਪਲਟ ਕਰਨ ਦਾ ਐਲਾਨ ਕਰਨ ਵਾਲੇ ਬਾਗੀ ਮੰਤਰੀਆਂ ਤੇ ਵਿਧਾਇਕਾਂ ਨੂੰ ਇੱਕ ਵਾਰ ਫਿਰ ਤੋਂ ਤਕੜਾ ਝਟਕਾ ਲੱਗਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਰਾਵਤ ਤੋਂ ਬਾਅਦ ਹੁਣ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਕਹਿ ਦਿੱਤਾ ਹੈ ਕਿ ਪੰਜਾਬ ਦੇ ਸਾਰੇ ਆਗੂ ਰਲ ਕੇ ਚੱਲਣ ਸ਼ੁੱਕਰਵਾਰ ਨੂੰ ਕਰੀਬ 4 ਵਜੇ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਹਰੀਸ਼ ਰਾਵਤ ਨੇ ਮੁਲਾਕਾਤ ਤੋਂ ਬਾਅਦ ਕਿਹਾ ਹੈ ਕਿ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਨੂੰ ਪੰਜਾਬ ਦੇ ਸਾਰੇ ਘਟਨਾ ਚੱਕਰ ਤੇ ਰਿਪੋਰਟ ਹਵਾਲੇ ਕਰ ਦਿੱਤੀ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਅਮਰੀਕਾ ਨੇ ਲਿਆ ਕਾਬਲ ਹਮਲੇ ਦਾ ਬਦਲਾ ਆਈਐਸਆਈ ਦੇ ਟਿਕਾਣਿਆਂ ਤੇ ਡਰੋਨ ਦੇ ਨਾਲ ਕੀਤੀ ਬੰਬਾਰੀ ਮਾਸਟਰਮਾਈਂਡ ਨੂੰ ਮਾਰਨ ਦਾ ਦਾਵਾ ਅਮਰੀਕਾ ਨੇ ਕਾਬਲ 에어ਪੋਰਟ ਤੇ ਹਮਲੇ ਦਾ ਬਦਲਾ ਲੈਣਾ ਸ਼ੁਰੂ ਕਰ ਦਿੱਤਾ ਹੈ ਤੇ ਪੈਟਾਗਨ ਤੋਂ ਮਿਲੀ ਰਿਪੋਰਟ ਦੇ ਮੁਤਾਬਕ ਅਮਰੀਕੀ ਫੌਜ ਨੇ ਇਸਲਾਮਿਕ ਸਟੇਟ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਫਗਾਨਿਸਤਾਨ ਦੇ ਵਿੱਚ 에ਅਰ ਸਟ੍ਰਾਈਕ ਕੀਤੀ ਹੈ ਡਰੋਨ ਦੇ ਨਾਲ ਕੀਤੀ ਬੰਬਾਰੀ ਦੇ ਵਿੱਚ ਕਈ ਅੱਤਵਾਦੀਆਂ ਦੇ ਮਾਰੇ ਜਾਣ ਦੀ ਸੂਚਨਾ ਹੈ ਹਾਲਾਂਕਿ ਅਮਰੀਕੀ ਫੌਜ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਅਧਿਕਾਰਤ ਜਾਣਕਾਰੀ ਦਿੱਤੀ ਜਾਵੇਗੀ। ਅਗਲੀ ਵੱਡੀ ਖਬਰ ਆ ਰਹੀ ਹੈ ਜੇ ਡੈਗ ਜਾਵੇਗੀ ਕੈਪਟਨ ਸਰਕਾਰ ਕੈਪਟਨ ਅਮਰਿੰਦਰ ਨੂੰ ਬਹੁਮਤ ਸਾਬਤ ਕਰਨ ਦੀ ਚਨੌਤੀ ਜੀਹਾਂ ਦੋਸਤੋ ਪੰਜਾਬ ਦੇ ਵਿੱਚ ਸੱਤਾਧਾਰੀ ਕਾਂਗਰਸ ਵਿੱਚ ਚੱਲ ਰਹੀ ਖਿੱਚੋਤਾਣ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਸਮੇਤ ਵਿਰੋਧੀ ਪਾਰਟੀਆਂ ਨੇ ਕੈਪਟਨ ਸਰਕਾਰ ਦੀ ਅਗਵਾਈ ਵਾਲੀ ਸਰਕਾਰ ਨੂੰ ਵਿਧਾਨ ਸਭਾ ਦੇ ਅੰਦਰ ਆਪਣਾ ਬਹੁਮਤ ਸਾਬਤ ਕਰਨ ਦੇ ਲਈ ਕਿਹਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਇੱਕ ਵਫਦ ਵਿਰੋਧੀ ਧਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਜਿੱਥੇ ਰਾਜਪਾਲ ਨੂੰ ਮਿਲਿਆ ਤੇ ਦਾਵਾ ਕੀਤਾ ਕਿ ਸਰਕਾਰ ਘੱਟ ਗਿਣਤੀ ਦੇ ਵਿੱਚ ਹੈ ਤੇ ਵਫਦ ਨੇ ਮੰਗ ਕੀਤੀ ਹੈ ਕਿ ਰਾਜ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਜਾਵੇ ਤੇ ਮੁੱਖ ਮੰਤਰੀ ਨੂੰ ਸਦਨ ਦੇ ਅੰਦਰ ਆਪਣੀ ਸਰਕਾਰ ਦਾ ਬਹੁਮਤ ਸਾਬਤ ਕਰਨ ਦੇ ਨਿਰਦੇਸ਼ ਦਿੱਤੇ ਜਾਣ। ਅਗਲੀ ਵੱਡੀ ਖਬਰ ਆ ਰਹੀ ਹੈ ਜੀ ਕਾਂਗਰਸ ਆਗੂ ਮਜੀਠੀਆ ਤੇ ਜਾਣ ਲੇਵਾ ਹਮਲਾ ਚਲਾਈਆਂ ਗੋਲੀਆਂ ਜੀहां ਦੋਸਤੋ ਵਿਧਾਨ ਸਭਾ ਹਲਕਾ ਮਜੀਠਾ ਤੋਂ ਕਾਂਗਰਸ ਦੇ ਇੰਚਾਰਜ ਜੱਗਾ ਮਜੀਠੀਆ ਦੇ ਪੁੱਤਰ ਆਕਾਸ਼ ਮਜੀਠੀਆ ਜੋ ਕਿ ਪੰਜਾਬ ਯੂਥ ਕਾਂਗਰਸ ਦੇ ਜਨਰਲ ਸੈਕਟਰੀ ਵੀ ਹਨ ਦੀ ਗੱਡੀ ਤੇ ਹਮਲਾਵਰਾਂ ਨੇ ਹਮਲਾ ਕਰਦੇ ਹੋਏ ਗੋਲੀਆਂ ਚਲਾ ਦਿੱਤੀਆਂ ਇਸ ਮੌਕੇ ਚੰਗੀ ਗੱਲ ਇਹ ਰਹੀ ਕਿ ਇਸ ਦੌਰਾਨ ਕਿਸੇ ਦਾ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫੈਸਲਾ ਸਰਕਾਰੀ ਦਫ਼ਤਰਾਂ ਵਿੱਚ ਜਾਣ ਦੇ ਲਈ ਕਰੋਨਾ ਦੀ ਨੈਗੇਟਿਵ ਰਿਪੋਰਟ ਕੀਤੀ ਲਾਜ਼ਮੀ ਜੀ ਹਾਂ ਦੋਸਤੋ ਕਰੋਨਾ ਦੇ ਮੱਦੇਨਜ਼ਰ ਸਾਵਧਾਨੀ ਵਜੋਂ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਵੱਡਾ ਫੈਸਲਾ ਲਿਆ ਹੈ ਸਰਕਾਰੀ ਦਫ਼ਤਰਾਂ ਵਿੱਚ ਆਉਣ ਵਾਲਿਆਂ ਲਈ ਹੁਣ ਟੀਕਾਕਰਨ ਜਾਂ ਆਰਟੀਪੀਸੀਆਰ ਨੈਗੇਟਿਵ ਰਿਪੋਰਟ ਸ਼ੇਅਰ ਦੇ ਵਿੱਚ ਲਾਜ਼ਮੀ ਕਰ ਦਿੱਤੀ ਗਿਆ ਜਾਨੀ ਕਿ ਹੁਣ ਜੇਕਰ ਤੁਸੀਂ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਜਾਂਦੇ ਹੋ ਤਾਂ ਆਪਣੇ ਟੀਕਾ ਕਰਨ ਜਾਂ ਕਰੋਨਾ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਜ਼ਰੂਰੀ ਕੀਤੀ ਗਈ ਹੈ ਜੋ ਕਿ 72 ਘੰਟੇ ਪੁਰਾਣੀ ਨਹੀਂ ਹੋਣੀ ਚਾਹੀਦੀ ਅਗਲੀ ਖਬਰ ਆ ਰਹੀ ਹੈ ਜੀ ਨੌਕਰੀ ਕਰਨ ਵਾਲਿਆਂ ਨੂੰ ਮਿਲੇਗੀ 7 ਲੱਖ ਰੁਪਏ ਦੀ ਮੁਫਤ ਸਹੂਲਤ ਜਾਨੋ ਕਿਵੇਂ ਲੈਣਾ ਹੈ ਲਾਭ ਜੀ ਆਹ ਦੋਸਤੋ ਜੇਕਰ ਤੁਹਾਡੇ ਕੋਲ ਕਰਮਚਾਰੀ ਭਵਿੱਖ ਨidhi ਸੰਗਠਨ ਵਿੱਚ VPF ਖਾਤਾ ਹੈ ਤਾਂ ਤੁਹਾਨੂੰ ਬਿਨਾਂ ਕੁਝ ਕੀਤੇ 7 ਲੱਖ ਰੁਪਏ ਦਾ ਲਾਭ ਮਿਲੇਗਾ ਦਰਸਾਲਾ ईपीएफओ ਦੇ ਮੈਂਬਰਾਂ ਨੂੰ ਕਰਮਚਾਰੀ ਡਿਪੋਜ਼ਿਟ ਲਿੰਕਡ ਇੰਸ਼ੋਰੈਂਸ ਸਕੀਮ ਦੇ ਅਧੀਨ ਆ ਬੀਮਾ ਕਵਰ ਦੀ ਸਹੂਲਤ ਮਿਲਦੀ ਹੈ ਯੋਜਨਾ ਦੇ ਵਿੱਚ ਨਾਮਜਦ ਵਿਅਕਤੀ ਨੂੰ ਵੱਧ ਤੋਂ ਵੱਧ 7 ਲੱਖ ਰੁਪਏ ਦਾ ਬੀਮਾ ਕਵਰ ਦਿੱਤਾ ਜਾਂਦਾ ਹੈ ਪ੍ਰਾਈਵੇਟ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਮੁਫਤ ਵਿੱਚ 7 ਲੱਖ ਰੁਪਏ ਤੱਕ ਦਾ ਲਾਭ ਵੀ ਮਿਲਦਾ ਹੈ ਅਗਲੀ ਖਬਰ ਆ ਰਹੀ ਹੈ ਜੀ ਜਿਲ੍ਹਿਆਂ ਵਾਲਾ ਬਾਗ ਉਦਘਾਟਨ ਦੇ ਮੌਕੇ ਆਲਾ ਦਵਾਲਾ ਪੁਲਿਸ ਸ਼ੌਨੀ ਵਿੱਚ ਹੋਇਆ ਤਬਦੀਲ ਜੀहां ਦੋਸਤੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਜਿਲ੍ਹਿਆਂ ਵਾਲਾ ਬਾਗ ਦੇ ਵਰਚੂਅਲ ਉਦਘਾਟਨ ਦੇ ਮੌਕੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੇ ਮੱਦੇ ਨਜ਼ਰ ਜਿਲ੍ਹਿਆਂ ਵਾਲਾ ਬਾਗ ਨੂੰ ਜਾਂਦੇ ਰਾਸਤਿਆਂ ਤੇ ਕੀਤੇ ਸੁਰੱਖਿਆ ਪ੍ਰਬੰਧਾਂ ਦੇ ਦ੍ਰਿਸ਼ ਇਨਾ ਪ੍ਰਬੰਧਾਂ ਦੇ ਚੱਲਦਿਆਂ ਹੋਏ ਵਰਾਸਤੀ ਮਾਰਗਰਾਹੀ ਸ਼ਰਧਾਲੀਆਂ ਨੂੰ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਦੇ ਲਈ ਜਾਣ ਵਿੱਚ ਭਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਗਲੀ ਖਬਰ ਆ ਰਹੀ ਹੈ ਜੀ ਕਿਸਾਨਾਂ ਤੇ लाठी चार्ज ਦੇ ਮਗਰੋਂ ਚੜੂਨੀ ਦੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਅਪੀਲ ਟੂਲ ਪਲਾਜ਼ਾ ਤੇ ਰੋਡ ਕਰਦਿਓ ਜਾਮ ਜੀਹਾਂ ਦੋਸਤੋ ਹਰਿਆਣਾ ਦੇ ਕਰਨਾਲ ਦੇ ਵਿੱਚ ਪੁਲਿਸ ਦੇ ਵੱਲੋਂ ਕਿਸਾਨਾਂ ਤੇ लाठी चार्ज ਕੀਤਾ ਗਿਆ ਤੇ ਇਸ ਘਟਨਾ ਦਾ ਕਿਸਾਨ ਆਗੂ ਗੁਰਨਾਮ ਸਿੰਘਾ ਚੜੂਨੀ ਨੇ ਬਰੋੜ ਕੀਤਾ ਤੇ ਉਹਨਾਂ ਨੇ ਇਹਦੇ ਵਿਰੋਧ ਵਿੱਚ ਟਵੀਟ ਕਰਕੇ ਕਿਹਾ ਕਿ ਕਰਨਾਲ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਭਿਆਨਕ लाठी चार्ज ਕੀਤਾ ਗਿਆ ਤੇ ਸਾਰੇ ਕਿਸਾਨ ਸਾਥੀਆਂ ਨੂੰ ਅਪੀਲ ਹੈ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਸੜਕਾਂ ਤੇ ਉਤਰ ਆਉਣ ਤੇ ਨੇੜੇ ਦੇ ਟੋਲ ਪਲਾਜ਼ਾ ਤੇ ਸਾਰੇ ਰੋਡ ਜਾਮ ਕਰ ਦਿੱਤੇ ਜਾਣ ਦੱਸਣ ਜੋਗ ਹੈ ਕਿ ਕਰਨਾਲ ਦੇ ਵਿੱਚ ਭਾਜਪਾ ਦੇ ਪ੍ਰੋਗਰਾਮ ਦਾ ਵਿਰੋਧ ਕਰ ਰਿਹਾ ਕਿਸਾਨਾਂ ਨੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਤੇ ਹੰਗਾਮੇ ਨੂੰ ਰੋਕਣ ਦੇ ਲਈ ਪੁਲਿਸ ਨੇ ਕਿਸਾਨਾਂ ਤੇ लाठी चार्ज ਕਰ ਦਿੱਤਾ ਤੇ ਇਸ ਦੌਰਾਨ ਕਈ ਕਿਸਾਨ ਜ਼ਖਮੀ ਹੋ ਗਏ ਤੇ ਰੇਲਵੇ ਰੋਡ ਸਟੈਟਾ ਹੋਟਲ ਪ੍ਰੇਮ ਪਲਾਜ਼ਾ ਦੇ ਵਿੱਚ ਪੰਚਾਇਤ ਅਤੇ ਸਥਾਨਕ ਬਾਡੀ ਚ ਉਹਨਾਂ ਨੂੰ ਲੈ ਕੇ ਪਰਦੇਸ ਕਾਂਗਰਸ ਦੀ ਅਹਿਮ ਬੈਠਕ ਚੱਲ ਰਹੀ ਹੈ ਤੇ ਇਸ ਵਿੱਚ ਮੁੱਖ ਰੂਪ ਦੇ ਨਾਲ ਮੱਲੂਹਰ ਲਾਲ ਖੱਟੜ ਹਾਜ਼ਰ ਹਨ ਤੇ ਕਿਸਾਨ ਇਸ ਬੈਠਕ ਦੇ ਵਿਰੁੱਧ ਵਿੱਚ ਉਤਰੇ ਹਨ ਅਗਲੀ ਖਬਰ ਆ ਰਹੀ ਹੈ ਜੀ ਖੇਤੀ ਕਾਨੂੰਨਾਂ ਦੇ ਵਿਰੁੱਧ ਤਾਮਿਲनाडु ਵਿਧਾਨ ਸਭਾ ਦੇ ਵਿੱਚ ਮਤਾ ਪਾਸ ਬੀਜੇਪੀ ਅਤੇ AI ADMK ਨੇ ਕੀਤਾ ਵਿਰੋਧ ਜੀहां ਦੋਸਤੋ ਤਿੰਨ ਇਤਿਵਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਤਾਮਿਲਨਾਡੂ ਸਰਕਾਰ ਨੇ ਰਾਜ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਲਿਆਂਦਾ ਹੈ ਤੇ ਮੁੱਖ ਮੰਤਰੀ ਐਮ ਕੇ ਸਟਾਈਲਨ ਨੇ ਵਿਧਾਨ ਸਭਾ ਦੇ ਵਿੱਚ ਇਹ ਮਤਾ ਪੇਸ਼ ਕੀਤਾ ਪਰ ਭਾਜਪਾ ਅਤੇ AI ADMK ਨੇ ਇਸ ਮਤੇ ਦਾ ਵਿਰੋਧ ਵੀ ਕੀਤਾ ਤੇ ਜਿਸ ਦੇ ਚੱਲਦੇ ਹੋਏ ਭਾਜਪਾ ਤੇ AI ADMK ਦੇ ਵਿਧਾਇਕਾਂ ਨੇ ਵਿਧਾਨ ਸਭਾ ਦੇ ਵਿੱਚੋਂ ਵਾਕ ਆਊਟ ਕੀਤਾ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਝਟਕਾ ਪੀ ਐਨ ਬੀ ਅਤੇ ਐਸ ਬੀ ਆਈ ਨੇ ਬਚਤ ਖਾਤੇ ਅਤੇ ਵਿਆਜ ਦਰਾਂ ਘਟਾਈਆਂ 1 ਸਤੰਬਰ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ ਜਾਣੋ ਜੀहां ਦੋਸਤੋ ਦੇਖਦੇ ਦੋ ਸਭ ਤੋਂ ਵੱਡੇ ਬੈਂਕਾਂ ਨੇ ਸੀਵਿੰਗ ਕਾਊਂਟ ਦੀਆਂ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ ਤੇ ਹੁਣ ਨਿਆ ਪੰਜਾਬ ਨੈਸ਼ਨਲ ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਗਾਕਾ ਨੂੰ ਪਹਿਲਾਂ ਦੇ ਮੁਕਾਬਲੇ ਘੱਟ ਵਿਆਜ ਮਿਲੇਗਾ ਤੇ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਬਿਆਜ ਦੀਆਂ ਨਵੀਆਂ ਦਰਾਂ 1 ਸਤੰਬਰ ਤੋਂ ਲਾਗੂ ਹੋ ਜਾਣਗੀਆਂ। ਅਗਲੀ ਵੱਡੀ ਖਬਰ ਆ ਰਹੀ ਹੈ ਜੀ ਸਕੂਲ ਸਿੱਖਿਆ ਤੇ ਜੇਲ੍ਹ ਵਿਭਾਗ ਦੀਆਂ ਅਸਾਮੀਆਂ ਦੇ ਇਮਤਿਹਾਨ ਦੀਆਂ ਤਰੀਕਾਂ ਦਾ ਐਲਾਨ ਜੀ ਹਾਂ ਦੋਸਤੋ ਸਕੂਲ ਸਿੱਖਿਆ ਤੇ ਜੇਲ੍ਹ ਵਿਭਾਗ ਦੀਆਂ ਅਸਾਮੀਆਂ ਦੇ ਇਮਤਿਹਾਨ ਦੀਆਂ ਤਰੀਕਾਂ ਦਾ ਵੱਡਾ ਐਲਾਨ ਕਰ ਦਿੱਤਾ ਗਿਆ ਤੇ ਮਹਿਕਮੇ ਦੇ ਵੱਲੋਂ ਜਾਰੀ ਸੂਚਨਾ ਦੇ ਅਨੁਸਾਰ 6835 ETT ਕਾਡਰ ਦਾ ਵਿਗਿਆਪਨ 307201 ਅਤੇ ਜੇਲ੍ਹ ਵਿਭਾਗ ਦੇ ਵਿੱਚ ETT ਕਾਰਡਰਦੰਗਾ ਸਮਾਨਾ 22 ਦਾ ਵਿਗਿਆਪਨ 12/8/2021 ਨੂੰ ਦਿੱਤਾ ਗਿਆ ਹੈ ਤੇ ਇਨ੍ਹਾਂ ਸਮਾਨਾਂ ਦੇ ਲਈ ਲੈਕਤੀ ਟੈਸਟ 19/9/2021 ਦਿਨ ਐਤਵਾਰ ਨੂੰ ਲਿਆ ਜਾਣਾ ਜੋ ਕਿ ਕਲ 100 ਅੰਕ ਅਤੇ ਸਮਾਂ 11 ਤੋਂ ਲੈ ਕੇ 12:40 ਮਿੰਟ ਦਾ ਹੋਵੇਗਾ ਤੇ ਇਹ ਵੀ ਕਿਹਾ ਗਿਆ ਕਿ ਰੋਲ ਨੰਬਰ ਸਬੰਧੀ ਸੂਚਨਾ ਵਿਭਾਗ ਦੀ ਵੈਬਸਾਈਟ ਦੇ ਉੱਪਰ ਅਪਲੋਡ ਕਰ ਦਿੱਤੀ ਗਈ ਹੈ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਹਾਈ ਕੋਰਟ ਨੇ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਬਾਦਲ ਅਤੇ ਦਲਜੀਤ ਚੀਮਾ ਦੇ ਖਿਲਾਫ ਕਾਰਵਾਈ ਤੇ ਲਗਾਈ ਰੋਕ ਜੀहां ਦੋਸਤੋ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲਾ ਤੇ ਉਹਨਾਂ ਦੇ ਪੁੱਤਰ ਸੁਖਵੀਰ ਸਿੰਘ ਬਾਦਲ ਅਤੇ ਸੀਨੀਅਰ ਅਕਾਲੀ ਆਗੂ ਦਲਜੀਤ ਚੀਮਾ ਦੇ ਵਿਰੁੱਧ ਧੂਖਾ ਢੜੀ ਦੇ ਮਾਮਲੇ ਦੇ ਵਿਰੁੱਧ ਹਸ਼ਿਆਰਪੁਰ ਦੀ ਅਦਾਲਤ ਦੇ ਵਿੱਚ ਚੱਲ ਰਹੀ ਕਾਰਵਾਈ ਤੇ ਰੋਕ ਲਗਾਉਣ ਦੀ ਮੰਗ ਕਰਦੀ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ ਇਹ ਮਾਮਲਾ ਭਾਰਤੀ ਚੋਣ ਕਮਿਸ਼ਨ ਦੇ ਕੋਲ ਕਤਹਿਤ ਗਲਤ ਹਲਫਨਾਮਾ ਦਾਇਰਾ ਕਰਨ ਦੇ ਨਾਲ ਜੁੜਿਆ ਹੋਇਆ ਤੇ ਇਸ ਦੇ ਨਾਲ ਹੀ ਇਹਨਾਂ ਕਾਲੀ ਆਗੂਆਂ ਨੂੰ ਹੁਣ ਹੁਸ਼ਿਆਰਪੁਰ ਦੀ ਅਦਾਲਤ ਦੇ ਵਿੱਚ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਤੇ ਹਾਈ ਕੋਰਟ ਦੇ ਜਸਟਿਸ ਨੇ ਦਲਜੀਤ ਚੀਮਾ ਤੇ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਪਾਈ ਪਟੀਸ਼ਨ ਰੱਦ ਕਰਦਿਆਂ ਇਹ ਆਦੇਸ਼ ਦਿੱਤਾ ਸੋਸਲਿਸਟ ਪਾਰਟੀ ਆਫ ਇੰਡੀਆ ਦੇ ਕੌਮੀ ਮੀਤ ਪ੍ਰਧਾਨ ਬਲਵੰਤ ਸੰਘਾ ਖੇੜਾ ਦੇ ਸ਼ਿਕਾਇਤ ਤੇ ਸਾਲ 2010 ਵਿੱਚ ਆਕਾਲੀ ਆਗੂਆਂ ਦੇ ਖਿਲਾਫ ਧੋਖਾਧੜੀ ਝਾਲਸਾਜੀ ਅਤੇ ਸਾਜ਼ਿਸ਼ ਦਾ ਕੇਸ ਦਰਜ ਕੀਤਾ ਗਿਆ ਸੀ। ਇਹ ਖਬਰ ਆ ਰਹੀ ਹੈ ਜੀ ਮੁਹੱਲਾ ਵਾਸੀਆਂ ਨੂੰ ਇੱਕ ਪੱਖਿਆ ਤੇ ਇੱਕ ਵਾਲਵ ਦੇ ਆਏ 50-50 ਹਜ਼ਾਰ ਰੁਪਏ ਦੇ ਬਿੱਲ ਪੰਜਾਬ ਦੇ ਵਿੱਚ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਵਾਅਦੇ ਗਰੰਟੀਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਪਰantu ਭਾਰਤ ਦੇਸ਼ ਨੂੰ ਆਜ਼ਾਦ ਹੋਇਆ 75 ਸਾਲ ਹੋ ਚੁੱਕੇ ਹਨ ਤੇ ਦੇਸ਼ ਦੇ ਲੋਕ ਅੱਜ ਵੀ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹਾਂ ਤੇ ਜਿਹਦੀ ਮਿਸਾਲ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਦੇ ਮੁਹੱਲਾ ਨਗਰ ਰਾਮਨਗਰ ਵਸਤੀ ਵਿੱਚੋਂ ਮਿਲਦੀ ਹੈ ਜਿੱਥੇ ਝੁੱਗੀ ਝੌਂਪੜੀਆਂ ਵਿੱਚ ਰਹਿੰਦੇ ਲੋਕਾਂ ਨੂੰ ਇੱਕ ਵੱਲਵ ਇੱਕ ਪੱਕੇ ਦਾ 50-50000 ਰੁਪਏ ਦਾ ਬਿੱਲ ਬਿਜਲੀ ਵਿਭਾਗ ਦੇ ਵੱਲੋਂ ਦਿੱਤਾ ਗਿਆ ਹੈ ਤੇ ਸੰਗਰੂਰ ਦੀ ਰਾਮਨਗਰ ਵਸਤੀ ਦੇ ਵਿੱਚ ਰਹਿੰਦੇ ਲੋਕਾਂ ਨੂੰ ਬਿਜਲੀ ਵਿਭਾਗ ਦੇ ਵੱਲੋਂ 15000 ਤੋਂ ਲੈ ਕੇ 50000 ਤੱਕ ਦੇ ਬਿੱਲ ਭੇਜ ਗਿਆਨ ਜਦੋਂ ਕਿ ਲੋਕਾਂ ਦਾ ਕਹਿਣਾ ਕਿ ਸਿਰਫ ਇੱਕ ਬਲਬ ਤੇ ਇੱਕ ਪੱਖਾ ਹੀ ਬਾਰਤ ਦੇ ਹੰਤੇ ਮਹਾਲੀਰੀ ਹਾਲ ਤੇ ਇੰਨੀ ਜ਼ਿਆਦਾ ਮਾੜੀ ਹੈ ਕਿ ਨਾ ਤਾਂ ਗਲੀਆਂ ਪੱਕੀਆਂ ਹੰਤੇ ਨਹੀਂ ਨਾਲੀਆਂ ਪੱਕੀਆਂ ਹੰਤੇ ਕਰੋਨਾ ਮਹਾਮਾਰੀ ਦੇ ਚੱਲਦਿਆਂ ਹੋਏ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਤੇ ਹਜੇ ਵੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਲੋਕਾਂ ਨੂੰ ਸਹੂਲਤਾਂ ਦੇ ਰਹੇ ਹਾਂ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਤਿਹਾੜੀ ਸੀਜ਼ਨ ਦੇ ਵਿੱਚ ਵਧੇਗੀ ਤਨਖਾਹ ਕੇਂਦਰੀ ਮੁਲਾਜ਼ਮਾਂ ਇੰਜ ਲਾਉਣਾ ਵਧੀ ਹੋਈ ਤਨਖਾਹ ਦਾ ਹਿਸਾਬ ਜੀ ਹਾਂ ਦੋਸਤੋ ਕਿ ਨ ਸਰਕਾਰ ਨੇ 1 ਜੁਲਾਈ 2021 ਤੋਂ ਕੇਂਦਰੀ ਮਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤਾ ਦੇਣਾ ਸ਼ੁਰੂ ਕਰ ਦਿੱਤਾ ਹੈ ਤੇ ਹਾਲ ਹੀ ਦੇ ਵਿੱਚ ਕਿ ਨ ਸਰਕਾਰ ਨੇ ਮਹਿੰਗਾਈ ਭੱਤਾ ਨੂੰ 17% ਤੋਂ ਵਧਾ ਕੇ 28% ਦੀ ਕਰ ਦਿੱਤਾ ਪਰ ਹੁਣ ਕੇਂਦਰੀ ਮਲਾਜ਼ਮਾਂ ਨੂੰ ਕਿ ਨ ਸਰਕਾਰ ਦੇ ਵੱਲੋਂ ਇੱਕ ਹੋਰ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਅਜਿਹੀ ਖਬਰ ਹੈ ਕਿ ਕਿ ਨ ਸਰਕਾਰ ਤਿਹਾੜੀ ਸੀਜ਼ਨਾਂ ਦੇ ਵਿੱਚ ਮਲਾਜ਼ਮਾਂ ਦੇ ਮਹਿੰਗਾਈ ਭੱਤੇ ਵਿੱਚ 3% ਦਾ ਵਾਧਾ ਕਰਨ ਤੇ ਵਿਚਾਰ ਕਰੀਏ ਜੇਕਰ ਅਜਿਹਾ ਹੁੰਦਾ ਹੈ ਤਾਂ ਮਹਿੰਗਾਈ ਪੱਤਾ ਬਾਅਦ ਕੀ 31% ਦੀ ਹੋ ਜਾਵੇਗਾ ਅਗਲੀ ਵੱਡੀ ਖਬਰ ਆ ਰਹੀ ਹੈ ਜੀ 1 ਜਨਵਰੀ ਤੋਂ ਦੁੱਗਣੇ ਰੇਟ ਤੇ ਵੇਚਾਂਗੇ ਫਸਲ ਟਕੈਤ ਜੀ ਹਾਂ ਦੋਸਤੋ ਕਿਸਾਨ ਅੰਦੋਲਨ ਦੇ ਇੱਕ ਵਿਚਾਰ ਧਾਰਕ ਕ੍ਰਾਂਤੀ ਹੈ ਤੇ ਇਹ ਕ੍ਰਾਂਤੀ ਇਸ ਤਰ੍ਹਾਂ ਦਬਾਈ ਨਹੀਂ ਜਾ ਸਕਦੀ ਤੇ ਮੋਦੀ ਸਰਕਾਰ ਕੰਪਨੀਆਂ ਦੁਆਰਾ ਚਲਾਈ ਜਾ ਰਹੀ ਹੈ ਤੇ ਇਸ ਦੇ ਲਈ 9 ਮਹੀਨਿਆਂ ਦੇ ਬਾਅਦ ਵੀ ਕੋਈ ਕਿਸਾਨਾਂ ਦੇ ਨਾਲ ਗੱਲ ਕਰਨ ਦੇ ਲਈ ਤਿਆਰ ਨਹੀਂ ਅਤੇ ਰੇਲਵੇ ਸਟੇਡੀਅਮ ਸਭ ਨੂੰ ਵੇਚਿਆ ਜਾ ਰਿਹਾ ਜੋ ਕਿ ਚੰਗਾ ਨਹੀਂ ਹੈ ਤੇ ਸਰਕਾਰ ਤਾਲੇਵਾਨੀ ਬਣ ਚੁੱਕੀ ਹੈ ਤੇ ਇਥੋਂ ਤੱਕ ਕਿ ਗੰਨੇ ਦੇ ਰੇਟ ਵਿੱਚ 5 ਪੈਸੇ ਦਾ ਵਾਅਦਾ ਕਰਨਾ ਵੀ ਕਾਫੀ ਨਹੀਂ ਹੈ ਤੇ ਅਸੀਂ 1 ਜਨਵਰੀ ਤੋਂ ਦੁੱਗਣੇ ਰੇਟ ਤੇ ਫਸਲ ਵੇਚਾਂਗੇ ਕਿਸਾਨ ਆਗੂ ਰਕੇ ਸ਼ਿਕਾਇਤ ਨੇ ਸ਼ੁੱਕਰਵਾਰ ਨੂੰ ਸੈਕਟਰ 25 ਦੇ ਰੈਲੀ ਗਰਾਊਂਡ ਵਿੱਚ ਆਯੋਜਿਤ ਜਨ ਸਭਾ ਨੂੰ ਸੰਬੋਧਨ ਕਰਦਿਆਂ ਹੋਇਆਂ ਇਹ ਗੱਲ ਕਹੀ ਹੈ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਸੋਨੇ ਅਤੇ ਚਾਂਦੀ ਦੇ ਰੇਟਾਂ ਵਿੱਚ ਹੋਇਆ ਬਦਲਾਅ 43618 ਰੁਪਏ ਤੱਕ ਪਹੁੰਚਿਆ 22 ਕੈਰਟ 골ਡ ਜੀहां ਦੋਸਤੋ ਸੋਨੇ ਵਿੱਚ ਇੱਕ ਵਾਰ ਫਿਰ 48000 ਵੱਲ ਵਧ ਰਿਹਾ ਜਾਨੀ ਕਿ ਅੱਜ 24 ਕੈਰਟ ਸੋਨੇ ਦੀ ਕੀਮਤ 47618 ਰੁਪਏ ਪ੍ਰਤੀ 10 ਗ੍ਰਾਮ ਤੇ ਖੁੱਲਿਆ ਹੈ ਜਦਕਿ ਚਾਂਦੀ ਦੀ ਕੀਮਤ ਤੇ ਗੱਲ ਕਰ ਗਿਆ ਤਾਂ 142 ਰੁਪਏ ਪ੍ਰਤੀ ਕਿਲੋ ਬਾਦ ਕੇ 63372 ਰੁਪਏ ਤੇ ਖੁੱਲੀ ਹੈ। ਅਗਲੀ ਵੱਡੀ ਖਬਰ ਆ ਰਹੀ ਹੈ ਜੀ 1600 ਰੁਪਏ ਦਾ ਇਹ LPG ਸਿਲੰਡਰ ਤੁਹਾਨੂੰ ਮਿਲ ਸਕਦਾ ਹੈ ਫ੍ਰੀ ਵਿੱਚ ਬਸ ਚਾਹੀਦਾ ਹੈ ਇਹ ਦਸਤਾਵੇਜ਼। ਜੀ ਹਾਂ ਦੋਸਤੋ ਹਰਿਆਣਾ ਦੇ ਵਿੱਚ ਹੁਣ ਪ੍ਰਯਾਦਾਨ ਮੰਤਰੀ ਉਜਵਲ ਯੋਜਨਾ ਦੇ ਪਾਤਰਾ ਨੂੰ 1 ਮਹੀਨੇ ਵਿੱਚ ਖਰੀਦ ਲੂ LPG ਸਿਲੰਡਰ ਮਿਲੇਗਾ ਹਰਿਆਣਾ ਦੇ ਮੌਕਮੰਤਰੀ ਮਨੋਹਰ ਲਾਲ ਖੱਟਣ ਨੇ ਕਿਹਾ ਕਿ ਜੇ ਤੁਸੀਂ ਸੂਬੇ ਦੇ ਵਿੱਚ ਕਿਸੇ ਵੀ ਘਰ ਵਿੱਚ ਘਰੇਲੂ ਗੈਸ ਕਨੈਕਸ਼ਨ ਨਹੀਂ ਹੈ ਤਾਂ ਤੁਹਾਡੇ ਅਜਿਹੇ ਪਾਤਰ ਪਰਿਵਾਰ ਨੂੰ 1 ਮਹੀਨੇ ਦੇ ਅੰਦਰ ਕਨੈਕਸ਼ਨ ਮਿਲ ਜਾਵੇਗਾ ਤੇ ਉਹਨਾਂ ਨੇ ਕਿਹਾ ਕਿ ਊਜਵਲ ਸਕੀਮ ਦੇ ਤਹਿਤ ਮੁਹਿੰਮ ਚਲਾ ਕੇ ਪਾਤਰ ਕਿਸਾਨਾਂ ਨੂੰ ਕਨੈਕਸ਼ਨ ਉਪਲਬਧ ਕਰਵਾਉਂਦੇ ਨਿਰਦੇਸ਼ ਦਿੱਤੇ ਹਨ ਤੇ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਊਜਵਲ ਯੋਜਨਾ ਦੌਰ ਦੇ ਵਿੱਚ 5 ਕਰੋੜ ਮੁਫਤ ਗੈਸ ਕਨੈਕਸ਼ਨ ਦੇਣੇ ਹਨ ਤੇ ਹੁਣ ਹਾਰੇ ਘਰ ਵਿੱਚ ਇੱਕ ਗੈਸ ਗੈਸ ਕਨੈਕਸ਼ਨ ਮੁਫਤ ਉਪਲਬਧ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ ਤੇ ਯੋਜਨਾ ਦੇ ਤਹਿਤ ਮੁਫਤ ਗੈਸ ਕਨੈਕਸ਼ਨ ਦੇਣ ਦੇ ਲਈ ਸਰਕਾਰ ਜਨਤਕ ਖੇਤਰ ਦੀ ਇਜ਼ਨ খুਦਰਾ ਕੰਪਨੀਆਂ ਪ੍ਰਤੀ ਕਨੈਕਸ਼ਨਾਂ 1600 ਰੁਪਏ ਦੀ ਸਬਸਿਡੀ ਦਿੰਦੀ ਹੈ ਇਸ ਰਕਮ ਦੇ ਵਿੱਚ ਸਿਲੰਡਰ ਦੀ ਗਾਰੰਟੀ ਫੀਸ ਤੇ ਕਨੈਕਸ਼ਨ ਲਾਉਣ ਦੀ ਫੀਸ ਸ਼ਾਮਿਲ ਹੈ ਤੇ ਗੈਸ ਚੁੱਲੇ ਤੇ ਭਰੇ ਸਿਲੰਡਰ ਦੀ ਕੀਮਤ ਗਾਹਕਾਂ ਨੂੰ ਦੇਣੀ ਹੁੰਦੀ ਹੈ ਯਾਨੀ ਜੇ ਤੁਸੀਂ ਪ੍ਰਧਾਨ ਮੰਤਰੀ ਉਜਬਲ ਯੋਜਨਾ ਦੇ ਪਾਤਰ ਹੋ ਤਾਂ ਨਿਊ ਐਲਪੀਜੀ ਕਨੈਕਸ਼ਨ ਦੇ ਲਈ ਤੁਹਾਨੂੰ ਇੱਕ ਵੀ ਰੁਪਿਆ ਨਹੀਂ ਦਿਨਾ ਹੋਵੇਗਾ ਤੇ ਸਰਕਾਰ ਨੇ ਪ੍ਰਧਾਨ ਮੰਤਰੀ ਊਜਵਲ ਯੋਜਨਾ ਦਾ ਦਾਇਰਾ ਵਧਾਉਂਦਿਆਂ ਸਾਰੇ ਗਰੀਬ ਪਰਿਵਾਰਾਂ ਨੂੰ ਇਸ ਦੇ ਦਾਇਰੇ ਵਿੱਚ ਲਿਆਉਣ ਦਾ ਐਲਾਨ ਕੀਤਾ ਹੈ। ਅਗਲੀ ਵੱਡੀ ਖਬਰ ਆ ਰਹੀ ਹੈ ਜੀ ਪੰਜਾਬੀ ਯੂਨੀਵਰਸਿਟੀ ਅਧਿਆਪਕਾਂ ਅਤੇ ਮਿਹਰਬਾਨ ਨਾਨ-ਟੀਚਿੰਗ ਸਟਾਫ ਦੇ ਲਈ ਜਾਰੀ ਕੀਤੇ ਸਖਤ ਹੁਕਮ ਜੀ ਹਾਂ ਦੋਸਤੋ ਪੰਜਾਬੀ ਯੂਨੀਵਰਸਿਟੀ ਨੇ ਇੱਕ ਵਾਰ ਫਿਰ ਭੀੜ ਭਾਵ ਵਾਲੇ ਹੁਕਮ ਜਾਰੀ ਕੀਤੇ ਹਨ ਜਿਸ ਦੇ ਤਹਿਤ ਯੂਨੀਵਰਸਿਟੀ ਅਧਿਆਪਕਾਂ ਤੇ ਪੂਰੀ ਤਰ੍ਹਾਂ ਨਾਲ ਮਿਹਰਬਾਨ ਹੋਈ ਹੈ ਤੇ ਯੂਨੀਵਰਸਿਟੀ ਦੇ ਵੱਲੋਂ ਨੋਨ ਟੀਚਿੰਗ ਸਟਾਫ ਨੂੰ ਸਹੀ ਸਮੇਂ ਤੇ ਆਪਣੇ ਵਿਭਾਗਾਂ ਦੇ ਵਿੱਚ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ ਇਹ ਵੀ ਹੁਕਮ ਜਾਰੀ ਕੀਤੇ ਗਏ ਹਨ ਕਿ 9.15 ਤੱਕ ਸਮੁੱਚੇ ਵਿਭਾਗ ਨੋਨ ਟੀਚਿੰਗ ਮੁਲਾਜ਼ਮਾਂ ਦੀ ਗੈਰ ਹਾਜ਼ਰੀ ਰਿਪੋਰਟ ਰਜਿਸਟਰਡ ਦਫ਼ਤਰ ਵਿੱਚ ਭੇਜਣਾ ਤੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਅਧਿਆਪਕਾਂ ਨੂੰ ਰਾਹਤ ਦੇ ਕੇ ਇਹ ਹੁਕਮ ਨੋਨ ਟੀਚਿੰਗ ਸਟਾਫ ਦੇ ਲਈ ਜਾਰੀ ਕੀਤੇ ਗਏ ਹਨ ਜਿਸ ਕਾਰਨ ਯੂਨੀਵਰਸਿਟੀ ਦੇ ਵਿੱਚ ਟਕਰਾਅ ਵਾਲਾ ਮਾਹੌਲ ਬਣਿਆ ਹੋਇਆ ਹੈ। ਅਗਲੀ ਖਬਰ ਆ ਰਹੀ ਹੈ ਜੀ ਕਿ ਕਿਸਾਨਾਂ ਨੇ ਰਾਜਾ ਬੜਿੰਗ ਦਾ ਵਿਰੋਧ ਕਰਕੇ ਕੀਤੀ ਨਾਹਰੇਬਾਜੀ ਪਿੰਡ ਕੋਟਲੀ ਆਬਲੂ ਦੇ ਕਿਸਾਨਾਂ ਨੇ ਗਿੱਦੜਬਾਹ ਦੇ ਵਿਧਾਇਕ ਮਰਿੰਦਰ ਸਿੰਘ ਰਾਜਾ ਬੜਿੰਗ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਤੇ ਰਾਜਾ ਬੜਿੰਗ ਪਿੰਡ ਕੋਟਲੀ ਆਬਲੂ ਦੇ ਵਿੱਚ ਹੀ ਕੂਠੇ ਹਜੂਰੇ ਵਾਲੇ ਵਿੱਚ ਵਾਟਰ ਵਾਕਸ ਵਰਕਸ ਦਾ ਉਦਘਾਟਨ ਕਰਨ ਦੇ ਲਈ ਪਹੁੰਚੇ ਸਨ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਕੇਯੂ ਉਹ ਗ੍ਰਾਹਾਂ ਤੇ ਬਕੇਯੂ ਕ੍ਰਾਂਤੀਕਾਰੀ ਦੇਗਵਾਇਰ ਦੇ ਵਿੱਚ ਕਾਫੀ ਸੰਕਰ ਦੇ ਵਿੱਚ ਕਿਸਾਨ ਇਕੱਠੇ ਹੋਏ ਤੇ ਉਹ ਘਟਣ ਵਾਲੀ ਜਗ੍ਹਾ ਤੇ ਪਹੁੰਚ ਗਏ ਤੇ ਪੁਲਿਸ ਨੇ ਕਿਸਾਨਾਂ ਨੂੰ ਰਾਹਤੇ ਵਿੱਚ ਹੀ ਟਰਾਲੀ ਰਾਖ ਕੇ ਰੋਕ ਲਿਆ ਜਿੱਥੇ ਕਿਸਾਨਾਂ ਨੇ ਖੜੇ ਹੋ ਕੇ ਰਾਜਾ ਬੜੰਗ ਦੇ ਖਿਲਾਫ ਨਾਹਰੇਬਾਜੀ ਸ਼ੁਰੂ ਕਰ ਦਿੱਤੀ ਅਗਲੀ ਖਬਰ ਆ ਰਹੀ ਹੈ ਜੀ ਘਰੇਲੂ ਹਿੰਸਾ ਮਾਮਲੇ ਵਿੱਚ ਕੋਰਟ ਵਿੱਚ ਪੇਸ਼ ਨਹੀਂ ਹੋਏ ਹਨੀ ਸਿੰਘ ਜੱਜ ਨੇ ਆਖੀ ਇਹ ਵੱਡੀ ਗੱਲ ਪਤਨੀ ਵੱਲੋਂ ਲਗਾਏ ਗਏ ਦੋਸ਼ਾਂ ਦੇ ਕਾਰਨ ਪੰਜਾਬੀ ਗਾਇਕ ਹਨੀ ਸਿੰਘ ਦੇ ਅੱਜ ਦਿੱਲੀ ਤੀਸਾ ਜਾਰੀ ਕੋਰਟ ਦੇ ਵਿੱਚ ਪੀਸੀ ਜਿਸ ਵਿੱਚ ਹਣੀ ਸਿੰਘ ਪੇਸ਼ ਨਹੀਂ ਹੋਏ ਪਰ ਹਣੀ ਸਿੰਘ ਦੇ ਵਕੀਲ ਨੇ ਕਹਿ ਕੇ ਉਹ ਅਗਲੀ ਸੁਣਵਾਈ ਤੇ ਜਰੂਰ ਪੇਸ਼ ਹੋਣਗੇ ਕੋਰਟ ਦੇ ਵਿੱਚ ਆ ਪੇਸ਼ ਨਾ ਹੋਣ ਦੀ ਵਜ੍ਹਾ ਦੱਸਦੇ ਹੋਏ ਵਕੀਲ ਨੇ ਕਹਿ ਕੇ ਹਣੀ ਸਿੰਘ ਦੀ ਸਿਹਤ ਠੀਕ ਨਹੀਂ ਹੈ ਤੇ ਇਸ ਲਈ ਉਹ ਕੋਰਟ ਵਿੱਚ ਨਹੀਂ ਆ ਸਕੇ ਤੇ ਉਹਨਾਂ ਨੇ ਹਣੀ ਸਿੰਘ ਨੂੰ ਪੇਸ਼ੀ ਤੋਂ ਛੋਟ ਦੇਣ ਦੀ ਮੰਗ ਕਰਦਿਓ ਕਿਹਾ ਕਿ ਉਹ ਅਗਲੀ ਸੁਣਵਾਈ ਵਿੱਚ ਜਰੂਰ ਪੇਸ਼ ਹੋਣਗੇ ਦੱਸਣਯੋਗ ਹੈ ਕਿ ਹਣੀ ਸਿੰਘ ਦੀ ਪਤਨੀ ਨੇ ਦਾ ਪ੍ਰੋਟੈਕਸ਼ਨ ਆਫ ਵਿਮਨ ਅਪਰਮਸ ਡੋਮੈਸਟਿਕ ਵਾਇਲੈਂਸ ਐਕਟ ਦੇ ਤਹਿਤ ਦਿੱਲੀ ਦੀ 30 ਜਾਨੀ ਕੋਰਟ ਦੇ ਵਿੱਚ ਇਸ ਗਾਇਕ ਦੇ ਖਿਲਾਫ ਘਰੇਲੂ ਹਿੰਸਾ ਦੀ ਪਟੀਸ਼ਨ ਦਰਜ ਕਰਵਾਈ ਅਤੇ ਕੋਰਟ ਨੇ ਇਸ ਮਾਮਲੇ ਵਿੱਚ ਹਾਨੀ ਸੰਗ ਨੂੰ 28 ਅਗਸਤ ਨੂੰ ਅੱਜ ਪੇਸ਼ ਹੋਣ ਲਈ ਕਿਹਾ ਸੀ ਪਰ ਉਹਨਾਂ ਨੇ ਸਿਹਤ ਠੀਕ ਨਾ ਹੋਣ ਦੀ ਵਜ੍ਹਾ ਕਰਕੇ ਪੇਸ਼ ਨਹੀਂ ਹੋਏ ਤੇ ਹਾਨੀ ਸੰਗ ਦੇ ਵਕੀਲ ਦੀ ਇਸ ਮੰਗ ਤੇ ਕੋਰਟ ਨੇ ਗਾਇਕ ਦੀ ਮੈਡੀਕਲ ਰਿਪੋਰਟ ਅਤੇ ਇਨਕਮ ਟੈਕਸ ਰਿਟਰਨ ਦੀ ਮੰਗ ਕੀਤੀ ਹੈ ਅਗਲੀ ਖਬਰ ਆ ਰਹੀ ਹੈ ਜੀ 31 ਤੋਂ ਖੁੱਲਣਗੇ ਜਵਾਹਰ ਨਮੋਦਿਆ ਵਿਦਿਆਲੇ ਜੀहां ਦੋਸਤੋ ਜਵਾਹਰ ਨਮੋਦਿਆ ਵਿਦਿਆਲੇ 9ਵੀਂ ਤੋਂ 12ਵੀਂ ਜਮਾਤਾਂ ਦੇ ਲਈ 50% ਸਮਰਥਾ ਦੇ ਨਾਲ 31 ਅਗਸਤ ਤੋਂ ਦੁਬਾਰਾ ਖੁੱਲਣਗੇ ਸਿੱਖਿਆ ਮੰਤਰਾਲੇ ਦੇ ਅਨੁਸਾਰ 31 ਅਗਸਤ ਤੋਂ ਵਿਦਿਆਰਥੀਆਂ ਨੂੰ ਜਮਾਤਾਂ ਵਿੱਚ ਆਉਣ ਅਤੇ ਹੋਸਟਲ ਵਿੱਚ ਰਹਿਣ ਦੀ ਪੂਰੀ ਜ਼ਿੰਮੇਵਾਰੀ ਸਕੂਲ ਪ੍ਰਸ਼ਾਸਨ ਦੀ ਹੋਵੇਗੀ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ ਜਾਰੀ ਜਾਣੋ ਤੁਹਾਡੇ ਸ਼ਹਿਰ ਵਿੱਚ ਕੀ ਹਨ ਕੀਮਤਾ ਜੀ ਹਾਂ ਦੋਸਤੋ ਦੇਖਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਪੱਧਰ ਤੇ ਹਨ ਤੇ ਕਈ ਸੂਬਿਆਂ ਵਿੱਚ ਪੈਟਰੋਲ ਦੇ ਰੇਟ 100 ਰੁਪਏ ਪ੍ਰਤੀ ਲੀਟਰ ਤੋਂ ਜ਼ਿਆਦਾ ਦੀ ਦਰ ਨਾਲ ਵੇਚੇ ਜਾ ਰਹੇ ਹਨ ਤੇ ਘਰੇਲੂ ਤੇਲ ਕੰਪਨੀਆਂ ਨੇ 28 ਅਗਸਤ ਸ਼ਨੀਵਾਰ ਦੇ ਲਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਵੀਆਂ ਜਾਰੀ ਕੀਤੀਆਂ ਹਨ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਵੀ ਬਦਲਾਅ ਨਹੀਂ ਹੋਇਆ ਹੈ ਹਾਂ ਨੂੰ ਦੱਸ ਦਿਆ ਵੀ ਨਵੀਂ ਦਿੱਲੀ ਵਿੱਚ 101 ਰੁਪਿਆ 49 ਪੈਸੇ ਤੇ ਪੈਟਰੋਲ ਵੇਖ ਰਿਹਾ ਜਦ ਕਿ ਮੁੰਬਈ ਵਿੱਚ 170 ਰੁਪਿਆ 52 ਪੈਸੇ ਚੇਨਈ ਦੇ ਵਿੱਚ 101 ਰੁਪਿਆ 82 ਪੈਸੇ ਚੰਡੀਗੜ੍ਹ ਦੇ ਵਿੱਚ 97 ਰੁਪਏ 68 ਪੈਸੇ ਤੇ ਵੇਚ ਰਿਹਾ ਹੈ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ 102 ਰੁਪਿਆ 54 ਪੈਸੇ ਪ੍ਰਤੀ ਲੀਟਰ ਤੇ ਪੈਟਰੋਲ ਦੀ ਕੀਮਤ ਪਹੁੰਚ ਗਈ ਹੈ ਅਗਲੀ ਖਬਰ ਆ ਰਹੀ ਹੈ ਜੀ ਪੰਜਾਬੀ ਗਾਇਕ ਐਮੀ ਬਰਕਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਲਾਉਣ ਦਾ ਦੋਸ਼ ਮੁਸਲਮ ਭਾਈਚਾਰੇ ਨੇ ਕੀਤੀ ਕਾਰਵਾਈ ਦੀ ਮੰਗ ਜਲੰਧਰ ਵਿੱਚ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਬਰਕ ਤੇ ਮੁਸਲਮਾਨਾਂ ਦਿਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਲਾਉਣ ਦੇ ਦੋਸ਼ੀ ਲਾਉਂਦੇ ਹੋਏ ਪੰਜਾਬੀ ਗਾਇਕ ਤੇ ਉਹਨਾਂ ਨੂੰ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਤੇ ਸ਼ਨੀਵਾਰ ਨੂੰ ਪੰਜਾਬ ਪ੍ਰੈਸ ਕਲੱਬ ਦੇ ਵਿੱਚ ਪੱਤਰਕਾਰ ਮਿਲਣ ਦੇ ਦੌਰਾਨ ਉਹਨਾਂ ਨੇ ਕਹਿ ਕੇ ਪੰਜਾਬੀ ਫਿਲਮ ਸੁਪਨਾ ਦੇ ਵਿੱਚ ਐਮੀ ਬਰਕ ਦੇ ਵੱਲੋਂ ਗਾਇਆ ਗੀਤ ਕਬੂਲ ਹੈ ਕਬੂਲ ਹੈ ਦੇ ਵਿੱਚ ਮੁਸਲਮਾਨ ਧਾਰਨਾ ਦੇ ਇਤਰਾਜ਼ਯੋਗ ਟਿੱਪਣੀਆਂ ਤੇ ਮਾਮਲਿਆਂ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਐਮਈ ਵਰਕ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ ਜਦੋਂ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ